ਤਰਨਤਾਰਨ ਸ਼ਹਿਰ ਦੇ ਨਾਮੀ ਬਿਜ਼ਨਸਮੈਨ ਨੂੰ ਉਸ ਦਾ ਬੱਚਾ ਅਗਵਾ ਕਰਨ ਦੀਆਂ ਅਤੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਆਰੋਪੀਆਂ ਨੂੰ ਸਿਟੀ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਇਹਨਾਂ ਪਾਸੋਂ ਹੋਰ ਨਾਜਾਇਜ਼ ਹਥਿਆਰ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ SSP ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਹਰਵਿੰਦਰ ਸਿੰਘ ਪੁੱਤਰ ਭਾਨ ਸਿੰਘ ਵਾਸੀ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਕੁਝ ਵਿਅਕਤੀਆਂ ਵੱਲੋਂ ਪੱਤਰ ਅਤੇ ਫੋਨ ਰਾਹੀਂ ਧਮਕੀਆਂ ਦੇ ਕੇ ਉਸ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸਦੇ ਬੱਚੇ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਜਿਸ ਸੰਬੰਧੀ ਥਾਣਾ ਸਿਟੀ ਵਿੱਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਮਾਮਲੇ ਦੀ ਤਫਤੀਸ਼ ਦੌਰਾਨ ਇਹਨਾਂ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਪਿਸਟਲ, ਰਿਵਾਲਵਰ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ। SSP ਮਾਨ ਨੇ ਕਿਹਾ ਕਿ ਇਹਨਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਇਹਨਾਂ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ। ਕਾਲ ਆਈ ਸੀ ਅਤੇ ਇੱਕ ਲੈਟਰ ਆਇਆ ਸੀ ਧਮਕੀ ਭਰਿਆ ਕਿ 50 ਲੱਖ ਰੁਪਏ ਦੇ ਦਿਓ, ਨਹੀਂ ਤੇਰਾ ਬੱਚਾ ਜਿਹੜਾ ਉਹਦਾ 12 ਸਾਲ ਦਾ ਵੀ ਉਹਨੂੰ ਚੱਕ ਕੇ ਅਸੀਂ ਕਿਡਨੈਪ ਕਰ ਲਾਂਗੇ ਜਾਂ ਮਰਡਰ ਕਰ ਦਾਂਗੇ। ਇਸ ਤੋਂ ਉਹਨੇ ਸਾਨੂੰ ਫਿਰ ਸੂਚਿਤ ਕੀਤਾ ਜੀ ਅਤੇ ਅਸੀਂ ਮੁਕੱਦਮਾ ਦਰਜ ਕੀਤਾ ਅਤੇ ਵਿਦਇਨ 48 ਆਵਰ ਤਰਨ ਤਾਰਨ ਪੁਲਿਸ ਨੇ 4 ਦੋਸ਼ੀ ਅਰੈਸਟ ਕਰ ਲਏ ਨੇ ਉਸ ਦੇ ਸੰਬੰਧ ਦੇ ਵਿੱਚ, ਜਿਨ੍ਹਾਂ ਤੋਂ 3 ਪਿਸਟਲ, ਇੱਕ 7.65 ਹੈ ਅਤੇ ਇੱਕ 32 ਬੋਰ ਹੈ ਅਤੇ 2 12 ਬੋਰ ਰਿਵਾਲਵਰ ਨੇ, ਨਾ ਪਿਸਟਲ ਨੇ। ਇਹ 4 ਇਹ ਮਿਲੇ ਨੇ ਅਤੇ 16 ਕਾਰਟਾਈਜ ਮਿਲੇ ਨੇ, 2000 ਗੋਲੀਆਂ ਮਿਲੀਆਂ ਨੇ ਅਤੇ ਇਹ ਮਾਮਲਾ ਸਾਰਾ ਸੁਲਝਾ ਦਿੱਤਾ ਗਿਆ ਅਤੇ ਇਹ ਬੜੀ ਵੱਡੀ ਸਫਲਤਾ। ਨਹੀਂ ਤਾਂ ਜੇ ਨਾ ਹੁੰਦਾ ਤਾਂ ਇਹਨਾਂ ਨੇ 2-4 ਦਿਨ ਦੇ ਵਿੱਚ ਕਿਡਨੈਪਿੰਗ ਕਰਨੀ। ਇਹ ਸਾਰੇ UP ਮੇਡ ਨੇ, ਕੰਟਰੀ ਮੇਡ ਨੇ ਅਤੇ ਅੱਗੇ ਫਰਦਰ ਇਨਵੈਸਟੀਗੇਸ਼ਨ ਇਹਨਾਂ ਦੀ ਕਰ ਰਹੇ ਹਾਂ ਅਸੀਂ, ਜੋ ਵੀ ਹੋਊਗਾ ਫਿਰ ਤੁਹਾਨੂੰ ਅਸੀਂ ਦੱਸਾਂਗੇ। ਤਰਨ ਤਾਰਨ ਤੋਂ ਸੁਰਿੰਦਰ ਸਿੰਘ ਦੀ ਰਿਪੋਰਟ, ਚੈਨਲ ਪੰਜਾਬ।